स्टूडेंट आहे न जे कुझु बणना चाहे प्रिंसिपल बन बैठा प्रोफेसर बन बैठा पुत्र अध्यापक बन बैठा है बोल जिनने सैकड़िया की तादाद स्टूडेंट बैठे ने विद्यार्थी ने अजे उन्हें कुछ बना उन्होंने पता हो कुछ बनना है जो कुछ सुनना जिनने जिंदगी में कुछ सुनिया नहीं वो कभी बोलिया भी नहीं जिन्हें जीवन की उसारी उस सरवना पे क्योंकि इसलिए गुरु सरवना मुखातब करते आखते भले मैंने थोड़ा बड़ा फिक्र जे तुम कूड़ सुन लग पाए मैं कूड़ हो जाऊंगा जे थोड़े तो सच सुन की शक्ति बनी रही तो मैं सच नाल जुड़ जाऊंगा जो कुछ सुनना है वो कुछ बनना इसलिए तो आवाज मिल रही गुरु नानक आखद मन देखी किते सिखिया कूड़ भी ना सुन ले किते झूठ नू ही सत ना समझ ले तो हां किते ये है मन भी की करे सरवण भी की कर हुण ते झूठ सच दे कपड़े पा के बैठा है गुरु नानक नहीं आते मुख झूठ मुख झूठ विभूखण सार मुख झूठ विभूखण सारं त्रै पारत हार विचार गल पालो गल पालो गल पालो तिलक लाट पता नहीं गुरु नानक नू 500 वरा पहला ये सच्चाई किवें बयान करन दी शक्ति प्रदान करी अज भी गल माला से लंबिया चोलिया वाले के अंदर ही चूस फसदा जदों फरोल के वेखो ना किसी का चिट्टा चोला विचों झूठ ही निकलेगा होर कुछ नहीं गुरु नानक ने सदियों पहला आप कहने लगे मुख झूठ पे भूखन सार हाल तिहाल विचार गल पाला तिलक लाटम गोल धोती वस्त्र कपाटम जे जान सुबर्मन कर नानक आखे जान सुबर्मन करमन सबको नानक आखे सब भोगट झूठ पाप सा सच कर जाती सब भोगट बाबा नानक का कदा हो सुनिए सिख सही सरवनो क्या सुनन दो कूड़ ये कूड़ तो ऐसा ही है तेरे जीवन में जिंदा कोई अर्थ नहीं निरारथ है जिमें पमन झुलती है पत्तियां की खड़खड़ होंगी है सां सां होंगी कदे किसी ने ध्यान नहीं दिता कूड़ क्यों होया तेरे भोले नहीं वो लोग जेडे कूड़ वाल भी ध्यान देने लग पे नतीजा यह निकलता है
ਕੂੜ ਦੇ ਉਪਾਸ਼ਿਕ ਹੋ ਜਾਂਦੇ। ਤੇ ਇੰਨੀ ਜੁਰਤ ਹੋ ਗਈ ਇਹ ਕੂੜ ਦੀ, ਇੰਨੀ ਜੁਰਤ ਹੋ ਗਈ ਇਹ ਝੂਠ ਦੀ ਕਿ ਬੜੇ ਸੁੰਦਰ ਰੁਮਾਲਿਆਂ 'ਚ ਸਜ ਸਜ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੱਚ ਦੀ ਪਾਲਕੀ ਦੇ ਨਾਲ ਜੁੜ ਗਏ। ਤਾਂ ਕਿ ਮਨੁੱਖ ਨੂੰ ਸੱਚ ਤੇ ਝੂਠ ਦੀ ਪਛਾਣ ਨਾ ਹੋ ਸਕੇ। ਜਵਾਬ ਕੋਈ ਨਹੀਂ। ਪਿਛਲੇ ਦਿਹਾੜਿਆਂ ਵਿੱਚ ਮੈਂ ਇੱਕ ਹੀ ਸਵਾਲ ਕੀਤਾ ਸੀ 2030 ਦਾ, ਮੈਂ ਆਖਿਆ ਮੈਨੂੰ ਇੰਨੇ ਹੀ ਜਵਾਬ ਦੇ ਦੇ। ਜਿਸ ਗ੍ਰੰਥ ਨੂੰ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਰਾਬਰਤਾ 'ਤੇ ਖੜਾ ਕਰਨਾ ਚਾਹੁੰਦੇ ਹੋ, ਮੈਨੂੰ ਇਹਨਾਂ ਦੱਸ ਦਿਓ ਇਹਦੇ ਵਿੱਚ ਲਿਖੀਆਂ ਹੋਈਆਂ ਕਹਾਣੀਆਂ ਸੱਚ ਨੇ ਜਾਂ ਮਨਕਰਕ ਝੂਠ ਨੇ? ਬਸ ਤੁਸੀਂ ਆਪਣੀ ਜ਼ਬਾਨ ਤੋਂ ਫੈਸਲਾ ਦੇ ਦਿਓ, ਮੈਂ ਫੈਸਲਾ ਨਹੀਂ ਕਰਾਂਗਾ, ਤੁਹਾਡੇ ਕੋਲ ਫੈਸਲਾ ਨਹੀਂ। ਉਸ ਗ੍ਰੰਥ ਵਿੱਚ ਲਿਖੀਆਂ ਹੋਈਆਂ ਕਹਾਣੀਆਂ, ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ, ਭਾਵੇਂ ਉਹ 24 ਅਵਤਾਰਾਂ ਦੀਆਂ ਨੇ, ਭਾਵੇਂ ਉਚਿਤ ਰੂਪ ਖਿਆਣ ਦੀਆਂ ਨੇ, ਭਾਵੇਂ ਦੇਵਤੀ ਦੇਵੀ ਦੇਵਤਿਆਂ ਦੇ ਯੁੱਧ ਦੀਆਂ ਨੇ, ਤੁਹਾਡੇ ਤੇ ਛੱਡ ਗਿਆ। ਇਹਨਾਂ ਦੱਸ ਦਿਓ ਮਨ ਘੜਤ ਝੂਠ ਦੇ ਜੋੜੇ ਹੋਏ ਪਲੰਦੇ ਨੇ ਕਿ ਸੱਚ? ਜੇ ਤਾਂ ਆਖਦੇ ਹੋ ਝੂਠ ਹੈ, ਮਨ ਘੱਟ ਬਣਾਈਆਂ ਹੋਈਆਂ ਜਿਹੜੇ ਹੁਣੇ ਆਖਣ ਲੱਗ ਪਏ, ਜਦੋਂ ਉਹਨਾਂ ਕੋਲ ਕੋਈ ਜਵਾਬ ਨਹੀਂ ਹੁੰਦਾ ਨਾ, ਫਿਰ ਆਖਣ ਲੱਗ ਪਏ ਨੇ ਕਿ ਜੀ ਇਹ ਤਾਂ ਪਾਤਰ ਕਲਪਿਤ ਪਾਤਰ ਬਣਾਏ ਹੋਏ ਨੇ, ਇਹ ਭਰੇ ਉਹ ਕਲਪਿਤ ਪਾਤਰ ਹੀ ਬਣਾਏ ਹੋਏ ਨੇ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚ ਦੇ ਸਾਹਮਣੇ ਕਿਉਂ ਪ੍ਰਕਾਸ਼ ਕਰੀਏ? ਸਾਡਾ ਹੋਰ ਕੋਈ ਦੁਕਾਨ ਨਹੀਂ, ਕੋਈ ਵਿਰੋਧ ਨਹੀਂ। ਜਦ ਤੁਸੀਂ ਮੰਨਦੇ ਹੋ ਕਿ ਸੱਚ ਦੀ ਬਾਣੀ ਨੂੰ ਇਕੱਤਰ ਕਰਨ ਵਾਲੇ ਮਾਲਕ ਨੇ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਸਿੰਘਾਸਨ ਦਿੱਤਾ ਹੈ, ਬਸ ਗੁਰੂ ਦਾ ਫੈਸਲਾ ਗਲਤ ਸੀ? ਬਲਕਿ ਇੱਕ ਖਿਆਲ ਕਰਿਓ, ਗੱਦੀ ਦਾ ਜਦੋਂ ਵੀ ਫੈਸਲਾ ਹੋਇਆ ਗੁਰੂ ਨੇ ਆਪ ਕੀਤਾ, ਕਿਸੇ ਕੋਲ ਪੁੱਛਿਆ ਨਹੀਂ ਕਿ ਤੈਨੂੰ ਗੁਰੂ ਕਿਉਂ ਦੇ ਚਾਹੀਦਾ, ਬਿਲਕੁਲ ਨਾ। ਗੁਰੂ ਨਾਨਕ ਨੇ ਬਾਬਾ ਲਹਿਣਾ ਨੂੰ ਗੱਦੀ ਦੇਣ ਲੱਗਿਆ ਸਿੱਖ ਸੰਗਤ ਕੋਲ ਪੁੱਛਿਆ ਜੀ ਕਿਹਨੂੰ ਗੱਦੀ ਦੇਣੀ, ਨਾ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਸਾਹਿਬ ਨੂੰ ਗੱਦੀ ਦੇਣਾ, ਬਿਲਕੁਲ ਅਖੀਰ ਤੱਕ ਬਿਲਕੁਲ ਨਹੀਂ ਪੁੱਛਿਆ। ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ 10ਵੇਂ ਜਾਮੇ ਦੇ ਗੁਰੂ ਨਾਨਕ ਨੇ ਵੀ ਬਿਲਕੁਲ ਉਹ ਹੀ ਸੱਤੀ ਪੁੱਛੀ, ਮਰਿਆਦਾ ਨਹੀਂ ਬਦਲੀ। ਨਾਨਕ ਦੀ ਜੋਤ ਹੈ, ਉਹ ਵੱਖਰੀ ਥੋੜੋ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੱਖ ਕਰਨ ਵਾਲੇ ਹੋ ਤੁਸੀਂ, ਜੋਤ ਉਹ ਆ ਜੁਗਤ ਸਾਏ ਸਹਿ ਕਾਇਮ ਫਿਰ ਪਲਟੀਏ ਦੇ ਕੰਸੈਪਟ ਨੂੰ ਝੂਠ ਆ ਰਹੇ, ਇੰਨੀ ਵੱਡੀ ਅਵਗਿਆ ਕਰ ਰਹੇ, ਜਦ ਵੀ ਕਰ ਰਹੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਮੇਰਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਫੈਸਲਾ ਦਿੰਦਾ ਕਿ ਜੋਤ ਉਹ ਆ ਜੁਗਤ ਸਾਏ ਸਹਿ ਕਾਇਮ ਫਿਰ ਪਲਟੀਏ। ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਨਾਨਕ ਤੋਂ ਵੱਖ ਨਹੀਂ ਸਨ, ਗੁਰੂ ਨਾਨਕ ਦਾ ਹੀ ਦਸਵਾਂ ਜਾਮਾ, ਕੇਵਲ ਜਾਮੇ ਹੀ ਤਾਂ ਬਦਲੇ ਨੇ। ਪਿਛਲੇ ਦਿਨ ਸ਼ਬਦ ਆਇਆ ਸੀ ਗੁਰ ਗੁਰ ਏਕੋ ਬੇਸ ਅਨੇਕ, ਬੇਸ ਦਾ ਕੀ ਜਾਮਾ ਪਹਿਰਾਵਾ, ਕੇਵਲ ਵੇਸ ਵੱਖਰਾ ਹੈ। ਕਿਸੇ ਵੇਸ ਨੂੰ, ਕਿਸੇ ਪਹਿਰਾਵੇ ਨੂੰ, ਕਿਸੇ ਜਾਮੇ ਨੂੰ ਆਖ ਦਿੱਤਾ ਗਿਆ ਗੁਰੂ ਨਾਨਕ ਗੁਰੂ ਅਰਜਨ ਪਾਤਸ਼ਾਹ, ਤੇ 10ਵੇਂ ਜਾਮੇ ਨੂੰ ਆਖ ਦਿੱਤਾ ਗਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ। ਸੋਚ ਵੱਖ ਨਹੀਂ, ਇਸ ਲਈ ਤੁਸੀਂ ਇਹ ਗੱਲ ਆਖ ਕੇ ਅਵਗਿਆ ਕਰਦੇ ਹੋ ਕਿ ਕਿਸੇ ਨੇ ਸਿੱਖ ਬਣਨਾ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਬਣੇ, ਕਿਸੇ ਨੇ ਸਿੰਘ ਬਣਨਾ ਹੋਵੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕਿਸੇ ਹੋਰ ਵੱਖਰੇ ਗ੍ਰੰਥ ਤੋਂ ਬਣੇ ਜਿਹੜਾ ਗੁਰੂ ਨਾਨਕ ਨਾਲ ਮੇਲ ਨਹੀਂ ਖਾਂਦਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਫੈਸਲਾ ਕਰਨਾ ਸੀ ਮਰਿਆਦਾ ਗੁਰੂ ਨਾਨਕ ਵਾਲੀ ਵਰਤੇ,